ਤਖੀਰ ਕਾਲ ਜੀ ਤੁਸੀਂ ਪ੍ਰਾਈਮਰੀ ਸ਼ੈੱਡ ਟੈਲੀਵਿਜ਼ਨ ਦੇਖ ਰਹੇ ਹੋ ਦੋਸਤੋ ਮੈਂ ਹਸਵਰਦ ਸਿੰਘ ਟੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ ਪਹਿਲੀ ਵੱਡੀ ਖਬਰ ਦੇ ਵਾਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਹਰ ਰੋਜ਼ ਦੀ ਤਰ੍ਹਾਂ ਹੀ ਲੰਘੇ ਕੱਲ ਪੰਜਾਬ ਦੇ ਵਿੱਚ ਗਰਮੀ ਸੀ ਕਿਸੇ ਥਾਂ ਤੋਂ ਕਿ ਬਹੁਤੀ ਮੀਂਹ ਦੀ ਖਬਰ ਪ੍ਰਾਪਤ ਨਹੀਂ ਹੋਈ ਮੌਸਮ ਵਿਭਾਗ ਹਰ ਰੋਜ਼ ਇਹ ਗੱਲ ਕਹਿੰਦਾ ਕਿ ਮੀਂਹ ਦੀ ਪੂਰੀ ਸੰਭਾਵਨਾ ਮੀਂਹ ਦੀ ਪੂਰੇ ਪੰਜਾਬ ਦੇ ਵਿੱਚ ਸੰਭਾਵਨਾ ਜਲ ਥਲ ਹੋ ਜਾਣੀ ਹੈ ਪਰ ਇਦਾਂ ਦੀ ਖਬਰ ਆਈ ਨਹੀਂ ਪਿਛਲੇ ਦੋ ਤੰਦਣਾ ਤੋਂ ਪੰਜਾਬ ਦੇ ਵਿੱਚੋਂ ਹੁਣ ਮੌਸਮ ਵਿਭਾਗ ਨੇ ਗੱਲ ਕਹੀ ਹੈ ਕਿ ਅੱ ਪੰਜਾਬ ਦੇ ਵਿੱਚ ਮੀਂਹ ਚੋਖਾ ਪੈ ਸਕਦਾ ਹੈ ਇਹ ਚੋਖਾ ਪਊਗਾ ਜਾਂ ਇਹਦੇ ਵਿੱਚ ਵੀ ਧੋਖਾ ਹੀ ਹੈ ਇਹ ਆਉਣ ਵਾਲਾ ਵਕਤ ਬਿਆਨ ਕਰੂਗਾ ਪਰ ਗਰਮੀ ਪੰਜਾਬ ਦੇ ਵਿੱਚ ਇੱਕਦਮ ਵਧੀ ਹੋਣ ਕਰਕੇ ਮੀਂਹ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ ਹੁਣ ਜਿਹੜੀ ਪਹਿਲੀ ਵੱਡੀ ਖਬਰ ਹੈ ਉਹਨੂੰ ਪੜ ਕੇ ਸੁਣ ਕੇ ਜਾਣ ਕੇ ਦੇਖ ਕੇ ਤੁਹਾਨੂੰ ਹੈਰਾਨੀ ਹੋਣੀ ਕੁਦਰਤੀ ਹੈ ਹੁਣ ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਭਾਜਪੀ ਦੇ ਵੱਲੋਂ ਕੱਢੀ ਜਾ ਰਹੀ ਯਾਣੀ ਯਾਤਰਾ ਦੇ ਨਾਲ ਸੰਬੰਧਿਤ ਹੈ ਆਪਾਂ ਜਾਣਦੇ ਹਾਂ ਕਿ ਲੱਗੇ ਕੱਲ ਚੰਡੀਗੜ੍ਹ ਦੇ ਵਿੱਚ ਵੀ अनुराग ठाकुर ਹੋਰੀ ਆਏ ਸੀ ਇਸ ਯਾਤਰਾ ਦੇ ਵਿੱਚ ਸ਼ਾਮਲ ਹੋਣ ਦੇ ਲਈ ਬੀਜੇਪੀ ਦੇ ਵੱਖ-ਵੱਖ ਮੰਤਰੀ ਵੱਖ-ਵੱਖ ਸੀਨੀਅਰ ਨੇਤਾ ਜਿਹੜੇ ਉਹ ਇਸ ਯਾਤਰਾ ਦੇ ਵਿੱਚ ਵੱਖ-ਵੱਖ ਸੂਬਿਆਂ ਦੇ ਵਿੱਚ ਸ਼ਿਰਕਤ ਕਰ ਰਹੇ ਆ ਉਹ ਇਸ ਯਾਤਰਾ ਦੇ ਵਿੱਚ ਉਤਸ਼ਾਹ ਭਰਨਾ ਚਾਹੁੰਦੇ ਆ ਉਹਨਾਂ ਦੀ ਇੱਛਾ ਇਹ ਆ ਕਿ ਜਿਹੜੇ ਲੋਕ ਮਾਯੂਸ ਹੋਏ ਆ ਕਿਸਾਨ ਅੰਦolan ਦੇ ਕਰਕੇ ਜਾਂ ਮਹਿੰਗਾਈ ਦੇ ਕਰਕੇ ਜਾਂ ਹੋਰ ਵੱਖ-ਵੱਖ ਕਾਰਨਾਂ ਦੇ ਕਰਕੇ ਉਹਨਾਂ ਦੇ ਵਿੱਚ ਇੱਕ ਨਵਾਂ ਜੋਸ਼ ਭਰਿਆ ਜਾਵੇ ਉਲਟ ਮੱਕਿਆਂ ਦੇ ਨਾਲ ਉਹਨਾਂ ਦੇ ਅੰਦਰਲੇ ਬਲਬਲੇ ਜਿਹੜੇ ਉਹ ਸਾਹਮਣੇ ਆਉਣ ਤੇ ਉਹ ਪਾਰਟੀ ਦੇ ਨਾਲ ਤੁਰ ਪੈਣ ਪਰ ਜੋ ਇੰਦੌਰ ਦੇ ਵਿੱਚ ਯਾਤਰਾ ਕੱਢੀ ਗਈ ਹੈ ਇਹ ਨੇ ਇੱਕ ਨਵਾਂ ਕਲੇਸ਼ ਖੜਾ ਕਰਤਾ ਕਿਉਂਕਿ ਆਪਾਂ ਜਾਣਦੇ ਹਾਂ ਕਿ ਸਾਡੇ ਸਮਾਜ ਦੇ ਵਿੱਚ ਕਈ ਲੋਕ ਇਹੋ ਜਿਹੇ ਆ ਜਿਹੜੇ ਕਿ ਝੋਲੀ ਚੱਕਾਂ ਦੇ ਬ੍ਰਿੰਗ ਮਿਸਟਰ ਆ ਉਹ ਝੋਲੀ ਚੱਕ ਗਾਇਕਾਂ ਦੇ ਵੀ ਹੋ ਸਕਦੇ ਕੁਝ ਗਾਇਕਾਂ ਦੇ ਉਹ ਝੋਲੀ ਚੱਕ ਡੇਰੇਦਾਰਾਂ ਦੇ ਵੀ ਹੋ ਸਕਦੇ ਆ ਉਹ ਝੋਲੀ ਚੱਕ ਰਾਜਨੀਤਿਕ ਪਾਰਟੀਆਂ ਦੀ ਵੀ ਹੋ ਸਕਦੇ ਆ ਤੇ ਹੈਗੇ ਵੀ ਆ ਪਰ ਜਿਸ ਤਰੀਕੇ ਦੇ ਨਾਲ ਪਸ਼ੂਆਂ ਦੇ ਉੱਤੇ ਅਤਿਆਚਾਰ ਕਰਨਾ ਸ਼ੁਰੂ ਕੀਤਾ ਜਿਸ ਤਰੀਕੇ ਦੇ ਨਾਲ ਬੇਜ਼ੁਬਾਨਾ ਨੂੰ ਆਪਣੇ ਮਨੋਰਥ ਦੇ ਲਈ ਵਰਤਣ ਦਾ سلسلہ ਸ਼ੁਰੂ ਕੀਤਾ ਇਹ ਭਾਜਪਾ ਦੇ ਆਗੂਆਂ ਦੇ ਲਈ ਬਹੁਤ ਸ਼ਰਮਿੰਦਗੀ ਵਾਲੀ ਗੱਲ ਹੈ ਮੈਂ ਅਗਲੀ ਗੱਲ ਦਾ ਵਿਸਥਾਰ ਫੇਰ ਦਿੰਨਾ ਪਹਿਲਾਂ ਤੁਸੀਂ ਇਸ ਸਕਰੀਨ ਦੇ ਉੱਤੇ ਤਸਵੀਰ ਦੇਖੋ ਜਿਹਦੇ ਵਿੱਚ ਇੱਕ ਘੋੜਾ ਰੰਗਿਆ ਹੋਇਆ ਮੇਰੀ ਬੇਨਤੀ ਹੈ ਕਿ ਇਸ ਤਸਵੀਰ ਨੂੰ ਗੌਰ ਦੇ ਨਾਲ ਦੇਖਿਆ ਜਾਵੇ ਤਾਂ ਜੋ ਪਤਾ ਲੱਗ ਸਕੇ ਕਿ ਰਾਜਨੀਤਿਕ ਪਾਰਟੀਆਂ ਦੇ ਆਗੂ ਜੜੇ ਉਹ ਕਿਹੜੀ ਹੱਦ ਤੱਕ ਜਾਂਦੇ ਆ ਆਪਣਾ ਪ੍ਰਚਾਰ ਕਰਨ ਦੇ ਲਈ ਆਪਣੀ ਪਾਰਟੀ ਨੂੰ ਉਭਾਰਨ ਦੇ ਲਈ ਹੁਣ ਤੱਕ ਅਸੀਂ ਕੰਧਾਂ ਦੇਖਦੇ ਰਹੇ ਹਾਂ ਵੀ ਕੰਦਾਂ ਦੇ ਉੱਤੇ ਆਪਣੀ ਪਾਰਟੀ ਦੇ ਚੋਣ ਨਿਸ਼ਾਨ ਬਣਾਤੇ ਅਸੀਂ ਬੋਰਡ ਵੇਖਦੇ ਰਹੇ ਹਾਂ ਅਸੀਂ ਫਲੈਕਸ ਲਾ ਦਿਓ ਕਈ ਵਾਰ ਤਾਂ ਅਸੀਂ ਚੋਣਾਂ ਦੇ ਮੌਕੇ ਇਹ ਵੀ ਦੇਖਦੇ ਹਾਂ ਵੀ ਪੂਰੇ ਆਪਦੇ ਪਿੰਡੇ ਦੇ ਉੱਤੇ ਕਈ ਜਨੂਨੀ ਬੰਦੇ ਕਿਸੇ ਵਿਸ਼ੇਸ਼ ਪਾਰਟੀ ਦਾ ਚਿੰਨ ਬਣਵਾ ਲੈਂਦੇ ਆ ਉਹ ਪੂਰੇ ਉਸ ਰੰਗ ਦੇ ਵਿੱਚ ਰੰਗੇ ਜਾਂਦੇ ਆ ਮਿਲਦਾ-ਮਿਲਦਾਰਾਂ ਨੂੰ ਕੱਖ ਨਹੀਂਗਾ ਉਹਨਾਂ ਦੇ ਪਿੰਡੇ ਛਿੱਤਰ ਹੀ ਆ ਪਰ ਉਹਨਾਂ ਦੇ ਅੰਦਰ ਇੱਕ ਉਸ ਦਿਨ ਜੋਸ਼ ਹੁੰਦਾ ਉਹ ਕਹਿੰਦੇ ਵੀ ਅਸੀਂ ਕੁਝ ਵੀ ਕਰ ਸਕਦੇ ਹਾਂ ਆਪਾਂ ਇਹ ਵੀ ਜਾਣਦੇ ਹਾਂ ਕਿ ਵੱਖ-ਵੱਖ ਰਾਜਨੀਤਿਕ ਪਾਰਟੀਆਂ ਜਿਹੜੀਆਂ ਉਹ ਵੱਖ-ਵੱਖ ਚੀਜ਼ਾਂ ਦੇ ਉੱਤੇ ਆਪਣੇ ਠੱਪੇ ਲਾ ਕੇ ਵੀ ਦਿੰਦੀਆਂ ਯੋਜਨਾ ਕੋਈ ਵੀ ਹੋਵੇ ਭਾਵੇਂ ਆਟੇ ਦਾਲ ਦੀ ਸਕੀਮ ਹੋਵੇ ਭਾਵੇਂ ਸਾਈਕਲ ਦੇਣ ਦੀ ਹੋਵੇ ਭਾਵੇਂ ਲੈਪਟਾਪ ਦੀ ਹੋਵੇ ਭਾਵੇਂ ਕੋਈ ਹੋਰ ਹੋਵੇ ਉਹਦੇ ਉੱਤੇ ਸਬੰਧਤ ਪਾਰਟੀ ਦਾ ਚੋਣ ਨਿਸ਼ਾਨ ਜਾਂ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਦੀ ਫੋਟੋ ਪਹਿਲ ਦੇ ਆਧਾਰ ਦੇ ਉੱਤੇ ਲਾਈ ਜਾਂਦੀ ਹੈ ਪਰ ਇਹ ਪਹਿਲੀ ਵਾਰ ਹੋਇਆ ਕਿ ਇੰਦੌਰ ਦੇ ਵਿੱਚ ਘੋੜਾ ਰੰਗਤਾ ਜਿਵੇਂ ਕਿ ਤੁਸੀਂ ਤਸਵੀਰ ਦੇ ਵਿੱਚ ਦੇਖਿਆ ਉਸ ਘੋੜੇ ਦੇ ਉੱਤੇ ਕਮਲ ਦੇ ਫੁੱਲ ਦਾ ਨਿਸ਼ਾਨ ਵੀ ਬਣਾਤਾ ਉਸ ਘੋੜੇ ਦੀ ਪੇਂਟਿੰਗ ਇਸ ਤਰੀਕੇ ਨਾਲ ਕੀਤੀ ਗਈ ਹੈ ਜਿਵੇਂ ਨਿਆਣੇ ਨੇ ਡਰਾਇੰਗ ਤਿਆਰ ਕੀਤੀ ਹੁੰਦੀ ਹੈ ਹੁਣ ਬੇਜ਼ੁਬਾਨ ਦਾ ਕਸੂਰ ਕੀ ਹੈ ਹੁਣ ਅਸੀਂ ਪਸ਼ੂ ਕਿਨੂੰ ਮੰਨੀਏ ਜਿਨ੍ਹਾਂ ਨੇ ਇਹ ਕੁਝ ਕਰਵਾਇਆ ਜਾਂ ਉਹ ਪਸ਼ੂ ਮੰਨੀਏ ਜਿਹਦੇ ਉੱਤੇ ਇਹ ਸਾਰਾ ਕੁਝ ਕੀਤਾ ਗਿਆ ਆਪਾਂ ਇਹ ਵੀ ਜਾਣਦੇ ਆ ਕਿ ਪਸ਼ੂ ਪਾਲਣ ਮਹਿਕਮਾ ਜਿਹੜਾ ਜਾਂ ਪਸ਼ੂ ਪਾਲਣ ਵਿਭਾਗ ਦੇ ਨਾਲ ਜੁੜੇਗਾ ਹੋਣੀਆਂ ਕੰਮ ਕਰਨ ਵਾਲੀਆਂ ਸੰਸਥਾਵਾਂ ਇਸ ਮਾਮਲੇ ਨੂੰ ਚੰਗਾ ਨਹੀਂ ਮੰਨਦੀਆਂ ਮੇਨਕਾ ਗਾਂਧੀ ਵੀ ਇਸੇ ਪਾਰਟੀ ਦੀ ਯਾਨੀ ਕਿ ਬੀਜੇਪੀ ਦੀ ਸੰਸਦ ਮੈਂਬਰ ਆ ਉਹਦੇ ਵੱਲੋਂ ਵੀ ਸਮੇਂ-ਸਮੇਂ ਦੇ ਉੱਤੇ ਬਹੁਤ ਵਾਰ ਮੁੱਦੇ ਚੁੱਕੇ ਗਏ ਆ ਕਿ ਪਸ਼ੂਆਂ ਤੇ ਪੰਛੀਆਂ ਦੇ ਉੱਤੇ ਅਤਿਆਚਾਰ ਨਹੀਂ ਹੋਣਾ ਚਾਹੀਦਾ ਪਰ ਜਿਹੜੀ ਤਸਵੀਰ ਤੁਸੀਂ ਦੇਖੀ ਐ ਸਕਰੀਨ ਦੇ ਉੱਤੇ ਕਿ ਇਹ ਪਸ਼ੂ ਦੇ ਉੱਤੇ ਅਤਿਆਚਾਰ ਨਹੀਂ ਕੀ ਇਹ ਘੋੜੇ ਦੇ ਉੱਤੇ ਅਤਿਆਚਾਰ ਨਹੀਂ ਆਪਣੀ ਪ੍ਰਚਾਰ ਦੇ ਲਈ ਆਪਣੀ ਬੱਲੇ ਬੱਲੇ ਦੇ ਲਈ ਆਪਣੀ ਵੱਖਰਤਾ ਦਿਖਾਉਣ ਦੇ ਲਈ ਆਪਣੀਆਂ ਖਬਰਾਂ ਬਣਾਉਣ ਦੇ ਲਈ ਆਪਣੇ ਟੌ ਟੱਪੇ ਦੇ ਲਈ ਅਸੀਂ ਇੱਕ ਬੇਜ਼ੁਬਾਨ ਨੂੰ ਇਸ ਕਦਰ ਰੰਗਿਆ ਵੀ ਜਿਵੇਂ ਉਹ ਵੀ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਿਆ ਹੋਵੇ ਬੰਦੇ ਛੜੱਪੇ ਮਾਰ ਕੇ ਘੋੜਿਆਂ ਵਾਂਗੂ ਸ਼ਾਮਲ ਹੁੰਦੇ ਆ ਪਰ ਘੋੜੇ ਨੂੰ ਹੀ ਸ਼ਾਮਲ ਕਰ ਲੈ ਰਹੇ ਨੇ ਬੀਜੇਪੀ ਦੇ ਵਿੱਚ ਇਸ ਗੱਲ ਦੇ ਉੱਤੇ ਹੈਰਾਨੀ ਹੋਣੀ ਕੁਦਰਤੀ ਹੈ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਆ ਤੇ ਬਾਅਦ ਵਿੱਚ ਗੱਲਾਂ ਟੱਪੜੀ ਇਨ ਦੌਰ ਦੇ ਵਿੱਚ ਲੰਘੇ ਕੱਲ ਕੇਂਦਰੀ ਮੰਤਰੀ ਜੋਤੀ ਰਾਓ ਦਿੱਤਿਆ ਸਿੰਧੀਆ ਨੇ ਜਨ ਅਸ਼ੀਰਵਾਦ ਯਾਤਰਾ ਕੱਢੀ ਇਹਦੇ ਵਿੱਚ ਇੱਕ ਘੋੜੇ ਨੂੰ ਵੀ ਭਾਜਪਾ ਦੇ ਝੰਡੇ ਦੇ ਰੰਗ ਦੇ ਵਿੱਚ ਰੰਗ ਦਿੱਤਾ ਗਿਆ ਇਹ ਤਸਵੀਰ ਵਾਇਰਲ ਹੋਣ ਤੋਂ ਬਾਅਦ ਭਾਜਪਾ ਦੀ ਹੀ ਸੰਸਦ ਮੈਂਬਰ ਮੇਨਕਾ ਗਾਂਧੀ ਦੀ ਸੰਸਥਾ ਪੀਪਲ ਫਾਰ ਐਨੀਮਲਸ ਨੇ ਪਸ਼ੂਆਂ ਦੇ ਉੱਤੇ ਅਤਿਆਚਾਰ ਦੀਆਂ ਧਰਾਵਾਂ ਦੇ ਤਹਿਤ ਕੇਸ ਦਰਜ ਕਰਨ ਦੇ ਲਈ ਪੁਲਿਸ ਦੇ ਕੋਲ ਸ਼ਿਕਾਇਤ ਕੀਤੀ ਹੈ ਇਸ ਸੰਸਥਾ ਦੀ ਪ੍ਰਿਯੰਸ਼ੂ ਜੈਨ ਨੇ ਕਿਹਾ ਕਿ ਜਿਹੜੇ ਵੇਲੇ ਕੇਂਦਰੀ ਮੰਤਰੀ ਦੀ ਜਨ ਅਸ਼ੀਰਵਾਦ ਯਾਤਰਾ ਨਿਕਲ ਰਹੀ ਸੀ ਉਸੇ ਵੇਲੇ ਸੰਯੁਗਤਾ ਗੰਜ ਦੇ ਵਿੱਚ ਇਹ ਘੋੜਾ ਨਜ਼ਰ ਆਇਆ ਜਿਸ ਨੂੰ ਪੂਰੀ ਤਰੀਕੇ ਦੇ ਨਾਲ ਭਾਜਪਾ ਦੇ ਝੰਡੇ ਦੇ ਰੰਗ ਦੇ ਵਿੱਚ ਰੰਗਿਆ ਗਿਆ ਸੀ ਇਹਦੇ ਉੱਤੇ ਕਮਲ ਦਾ ਫੁੱਲ ਵੀ ਬਣਾਇਆ ਗਿਆ ਕਈ ਲੋਕਾਂ ਨੇ ਘੋੜੇ ਦੀ ਫੋਟੋ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕੀਤੀ ਸੀ ਇਸ ਤੋਂ ਬਾਅਦ ਪ੍ਰਿਯੰਸ਼ੂ ਜੈਨ ਨੇ ਇਸ ਮਾਮਲੇ ਦੇ ਵਿੱਚ ਥਾਣੇ ਦੇ ਵਿੱਚ ਲਿਖਤੀ ਸ਼ਿਕਾਇਤ ਦਿੱਤੀ ਹੈ ਉਹਨਾਂ ਨੇ ਇਹ ਗੱਲ ਦੱਸੀ ਹੈ ਕਿ ਬੀਜੇਪੀ ਨੇਤਾ ਰਾਮਦਾਸ ਗਰਗ ਉਸ ਘੋੜੇ ਨੂੰ ਲੈ ਕੇ ਆਇਆ ਸੀ ਘੋੜੇ ਨੂੰ ਜਿਸ ਤਰੀਕੇ ਨਾਲ ਰੰਗਿਆ ਗਿਆ ਉਹ ਬੇहद ਖਤਰਨਾਕ ਹੈ ਮਾਮਲੇ ਦੇ ਵਿੱਚ ਪਸ਼ੂ ਕਰੂਰਤਾ ਨਿਯਮਾਨੀਆਂ ਧਰਾਵਾਂ ਦੇ ਤਹਿਤ ਪਰਚਾ ਦਰਜ ਕਰਨ ਦੀ ਮੰਗ ਕੀਤੀ ਗਈ ਹੈ ਪੁਲਿਸ ਦਾ ਕਹਿਣਾ ਕਿ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਫਿਲਹਾਲ ਘੋੜੇ ਦੇ ਮਾਲਕ ਦੀ ਭਾਲ ਕੀਤੀ ਜਾ ਰਹੀ ਹੈ ਪੀਪਲ ਫਾਰ ਐਨੀਮਲਸ ਦੇ ਮੈਂਬਰਾਂ ਦਾ ਕਹਿਣਾ ਕਿ ਘੋੜੇ ਨੂੰ ਇਸ ਤਰੀਕੇ ਨਾਲ ਰੰਗਣਾ ਪਸ਼ੂ ਕਰੂਰਤਾ ਨਿਯਮ ਦੇ ਤਹਿਤ ਆਉਂਦਾ ਹੈ ਇਹੋ ਜਿਹਾ ਕੁਝ ਕਰਨ ਵਾਲੇ ਲੋਕਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇੱਥੇ ਇਹ ਵੀ ਦਸਰਾਂ ਮੰਨਦਾ ਹੈ ਕਿ ਇਸ ਤੋਂ ਪਹਿਲਾਂ ਵੀ ਆਪਣੇ ਵੱਖ-ਵੱਖ ਤਰੀਕਿਆਂ ਦੇ ਪ੍ਰਚਾਰ ਸਾਧਨਾਂ ਦੇ ਕਰਕੇ ਭਾਜਪੀ ਦੇ ਕਈ ਨੇਤਾ ਕਈ ਵਾਰ ਅਲੋਚਨਾ ਖਟ ਚੁੱਕੇ ਨੇ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ ਪਹਿਲੀ ਗੱਲ ਤਾਂ ਸੀ ਕਹਾਂਗੇ ਹੁਣ ਭਾਜਪੀ ਦੇ ਵੱਡੇ-ਵੱਡੇ ਨੇਤਾ ਇਸ ਮਾਮਲੇ ਦੇ ਉੱਤੇ ਕਿਉਂ ਨਹੀਂ ਬੋਲਦੇ ਉਹ ਕਿਹੜੀ ਗੱਲਾਂ ਇਹ ਗੱਲ ਨਹੀਂ ਕਹਿੰਦੇ ਵੀ ਬੇਜ਼ੁਬਾਨ ਦੇ ਉੱਤੇ ਅਤਿਆਚਾਰ ਕੀਤਾ ਗਿਆ ਇਸ ਬੇਜ਼ੁਬਾਨ ਨੂੰ ਆਪਣੇ ਰਾਜਨੀਤਿਕ ਬਨੋਰਥ ਦੇ ਲਈ ਵਰਤਣ ਦੀ ਕੋਸ਼ਿਸ਼ ਕੀਤੀ ਗਈ ਹੈ ਮੀਡੀਆ ਦੇ ਮੂਹਰੇ ਸਭ ਕੁਝ ਹੈ ਹੁਣ ਕਿਹੜੀ ਗੱਲੋਂ ਜ਼ੁਬਾਨ ਖੋਲੀ ਨਹੀਂ ਜਾਂਦੀ ਜੇ ਕਿਤੇ ਹੋਰ ਸਿਆਸੀ ਪਾਰਟੀ ਨੇ ਕੁਝ ਕੀਤਾ ਹੁੰਦਾ ਬਹੁਤ ਸਾਰੇ ਨੇਤਾਵਾਂ ਨੇ ਅਸਮਾਨ ਸਿਰ ਦੇ ਉੱਤੇ ਚੱਕ ਲੈਣਾ ਸੀ ਵੀ ਇਹ ਤਾਂ ਜੀ ਦੇਸ਼ ਹੀ ਖਤਮ ਕਰਨ ਤੇ ਤਲਪੇ ਆ ਇਹ ਤਾਂ ਜੀ ਘੋੜੇ ਨੂੰ ਖਤਮ ਕਰ ਦੇਣਗੇ ਘੋੜਾ ਪ੍ਰਜਾਤੀ ਖਤਮ ਕਰ ਦੇਣੀ ਹੈ ਇਹਨਾਂ ਨੇ ਸੋ ਮਤਲਬ ਇਹ ਹੈ ਵੀ ਆਪਦੀਆਂ ਕੱਚ ਦੇ ਵਿੱਚ ਦੂਜਿਆਂ ਦੀਆਂ ਹੱਥ ਦੇ ਵਿੱਚ ਜੇ ਇਸ ਘੋੜੇ ਨੂੰ ਜਾਂ ਕਿਸੇ ਵੀ ਹੋਰ ਪਸ਼ੂ ਪੰਛੀ ਨੂੰ ਕਾਂਗਰਸ ਨੇ ਇਸ ਤਰੀਕੇ ਦੇ ਨਾਲ ਆਪਣੇ ਝੰਡੇ ਚ ਰੰਗਿਆ ਹੁੰਦਾ ਆਮ ਆदमी ਪਾਰਟੀ ਨੇ ਆ ਕੁਝ ਕੀਤਾ ਹੁੰਦਾ ਸਮਾਜਵਾਦੀ ਪਾਰਟੀ ਨੇ ਕੀਤਾ ਹੁੰਦਾ ਤਰਨਮੂਲ ਕਾਂਗਰਸ ਨੇ ਕੀਤਾ ਹੁੰਦਾ ਸ਼ਿਵ ਸੇਨਾ ਨੇ ਕੀਤਾ ਹੁੰਦਾ ਅਸੀਂ ਤਾਂ ਵੀ ਇਹ ਗੱਲ ਕਹਿਣੀ ਸੀ ਵੀ ਇਹ क्रूरਤਾ ਨਹੀਂ ਹੋਣੀ ਚਾਹੀਦੀ ਇਹਨਾਂ ਪਸ਼ੂਆਂ ਦਾ ਕਸੂਰ ਕੀ ਆ ਅਸੀਂ ਆਪ ਪਸ਼ੂ ਕਿਉਂ ਮੜਦੇ ਜਾਂਦੇ ਆ ਅਸੀਂ ਕਿਹੜੀ ਗੱਲੋਂ ਪਸ਼ੂ ਪੜਾ ਦਿਖਾਉਨੇ ਆ ਪਰ ਤੁਹਾਨੂੰ ਚੇਤੇ ਹੋਣੀ ਚਾਹੀਦੀ ਇਹ ਗੱਲ ਮੇਨਕਾ ਗਾਂਧੀ ਨੇ ਕਈ ਵਾਰੇ ਪਹਿਲਾਂ ਇੱਕ ਨਿਯਮ ਬਣਾਇਆ ਸੀ ਕਿ ਜੇਕਰ ਕਿਸੇ ਫਿਲਮ ਦੇ ਵਿੱਚ ਜਾਂ ਕਿਸੇ ਗੀਤ ਦੇ ਵਿੱਚ ਸਕਰੀਨ ਦੇ ਉੱਤੇ ਪਸ਼ੂ ਜਾਂ ਪੰਛੀ ਸਬੰਧਤ ਮਹਿਕਮੇ ਦੀ ਇਜਾਜ਼ਤ ਲੈੇ ਤੋਂ ਬਿਨਾ ਪਰਮਿਸ਼ਨ ਲੈੇ ਤੋਂ ਬਿਨਾ ਦਿਖਾਇਆ ਜਾਂਦਾ ਤਾਂ ਫਿਰ ਉਸ ਗੀਤ ਦੇ ਉੱਤੇ ਉਸ ਫਿਲਮ ਦੇ ਵਿੱਚ ਕੰਮ ਕਰਨ ਵਾਲੇ ਲੋਕਾਂ ਦੇ ਉੱਤੇ ਸਖਤ ਕਾਰਵਾਈ ਹੋਊਗੀ ਤੇ ਕਈ ਥਾਵਾਂ ਦੇ ਉੱਤੇ ਕਾਰਵਾਈ ਹੋਈ ਵੀ ਹੈ ਕਈ ਥਾਵਾਂ ਦੇ ਉੱਤੇ ਸੈਂਸਰ ਬੋਰਡ ਦੇ ਵੱਲੋਂ ਉਹ ਦ੍ਰਿਸ਼ ਕੱਢੇ ਗਏ ਆ ਜਿਦੇ ਵਿੱਚ ਪਸ਼ੂਆਂ ਨੂੰ ਪੰਛੀਆਂ ਨੂੰ ਸੰਗਲ ਪਾ ਕੇ ਤੇ ਆਪਦੇ ਮਨੋਰਥ ਦੇ ਲਈ ਦਿਖਾਇਆ ਗਿਆ ਉਹ ਫਿਲਮੀ ਸੀਨ ਹੁੰਦੇ ਆ ਉਹ ਰੀਅਲ ਲਾਈਫ ਦੀ ਗੱਲ ਹੁੰਦੀ ਆ ਇਹ ਤੇ ਰੀਅਲ ਲਾਈਫ ਦੇ ਵਿੱਚ ਸਭ ਕੁਝ ਸਾਹ ਦੇ ਸਾਹਮਣੇ ਆ ਤਾਂ ਵੀ ਇਹ ਕੁਝ ਦਿਖਾਇਆ ਗਿਆ ਤੇ ਇਹ ਕੁਝ ਕੀਤਾ ਗਿਆ ਇਸ ਮਾਮਲੇ ਦੇ ਉੱਤੇ ਤਾਂ ਬੇਹੱਦ ਵੱਡੀ ਕਾਰਵਾਈ ਹੋਣੀ ਚਾਹੀਦੀ ਸੀ ਸੋ ਭਾਜਪੀ ਦੇ ਵੱਲੋਂ ਆਪਣੇ ਕੰਮਾਂ ਦੇ ਨਾਲ ਦਿਲ ਜਿੱਤਣ ਦੀ ਥਾਂ ਦੇ ਉੱਤੇ ਘੋੜਿਆਂ ਦੇ ਉੱਤੇ ਹੁਣ ਆਪਦੇ ਝੰਡੇ ਬਣਾ ਬਣਾ ਕੇ ਤੇ ਪ੍ਰਚਾਰ ਕੀਤਾ ਜਾ ਰਿਹਾ ਕੱਲ ਨੂੰ ਕੋਈ ਹੋਰ ਪੰਛੀ ਫੜ ਲੈਣਗੇ ਕੱਲ ਨੂੰ ਕੋਈ ਹੋਰ ਪਸ਼ੂ ਫੜ ਲੈਣਗੇ ਪਤਾ ਲੱਗੇ ਜੀ ਕੱਲ ਨੂੰ ਕਟਿਆ ਦੇ ਉੱਤੇ ਵੀ ਇਸ ਤਰੀਕੇ ਨਾਲ ਝੰਡੇ ਬਣਾਤੇ ਫਿਰ ਪਤਾ ਲੱਗੇ ਜੀ ਗਧਿਆਂ ਦੇ ਉੱਤੇ ਵੀ ਇਸ ਤਰੀਕੇ ਦੇ ਝੰਡੇ ਬਣਾਤੇ ਫਿਰ ਪਤਾ ਲੱਗੂਗਾ ਵੀ ਹੱਥਾਂ ਗਾਂਦੇ ਉੱਤੇ ਵੀ ਬਣਾਤੇ ਪਤਾ ਕੋਈ ਨਹੀਂ ਹੁੰਦਾਗਾ ਕੁਝ ਵੀ ਕੀਤਾ ਜਾ ਸਕਦਾ ਲੋਕਾਂ ਦਾ ਧਿਆਨ ਖਿੱਚਣ ਦੇ ਲਈ ਪਰ ਇੱਕ ਵੱਲੀ ਖਬਰ ਹੋਰ ਆਗੀ ਮਹਾਰਾਸ਼ਟਰ ਦੇ ਵਿੱਚ ਪੂਨੇ ਖੇਤਰ ਦੇ ਵਿੱਚ ਬੀਜੇਪੀ ਦੇ ਰੰਗ ਦੇ ਵਿੱਚ ਰੰਗੇ ਹੋਏ ਇੱਕ ਬੰਦੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਦੇ ਉੱਤੇ ਮੰਦਿਰ ਹੀ ਬਣਾਤਾ ਭਾਰਤ ਦੇ ਵਿੱਚ ਧਾਰਮਿਕ ਥਾਵਾਂ ਦੀ ਘਾਟ ਨਹੀਂ ਭਾਵੇਂ ਕਿਸੇ ਵੀ ਧਰਮ ਦੀ ਗੱਲ ਕਰ ਲੋ ਫਲਸਫੇ ਦੇ ਮੁਤਾਬਕ ਨਹੀਂ ਆਪਾਂ ਚੱਲਣਾ ਆਪਾਂ ਗਿਣਤੀ ਵਧਾਉਣ ਦੇ ਵਿੱਚ ਯਕੀਨ ਰੱਖਣਾ ਕਿੰਨੇ ਕੁ ਲੋਕ ਆ ਸਾਡੇ ਵਿੱਚੋਂ ਸਾਡੇ ਸਮਾਜ ਦੇ ਵਿੱਚ ਕਿੰਨੇ ਕੁ ਲੋਕ ਆ ਜਿਹੜੇ ਕਿ ਧਾਰਮਿਕ ਗ੍ਰੰਥਾਂ ਦੇ ਵਿੱਚ ਜੋ ਕੁਝ ਲਿਖਿਆ ਉਹਦੇ ਉੱਤੇ ਪਾਲਣ ਕਰਦੇ ਆ ਜੋ ਕਿ ਧਾਰਮਿਕ ਸਥਾਨਾਂ ਦੀ ਅਸਲ ਅਰਥਾ ਨੇ ਵਿੱਚ ਅਹਿਮੀਅਤ ਨੂੰ ਸਮਝਦੇ ਆ ਜੋ ਧਰਮ ਗੁਰੂਆਂ ਦੇ ਫਲਸਫੇ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ ਪਰ ਆਪਾਂ ਬਸ ਲਗਾਤਾਰ ਧਾਰਮਿਕ ਥਾਵਾ ਬਣਾਈ ਜਾਣੀਆਂ ਹੁਣ ਤਾਂ ਪ੍ਰਧਾਨ ਮੰਤਰੀ ਦਾ ਵੀ ਮੰਦਿਰ ਬਣਾਤਾ ਪ੍ਰਧਾਨ ਮੰਤਰੀ ਦਾ ਇੱਕ ਮੰਦਿਰ ਬਣਾ ਕੇ ਉਹਦੇ ਵਿੱਚ ਪ੍ਰਧਾਨ ਮੰਤਰੀ ਦੀ ਬਕਾਇਦਾ ਇੱਕ ਮੂਰਤੀ ਲਾ ਦਿੱਤੀ ਗਈ ਆ ਤੇ ਬਾਹਰ ਉਹਦੇ ਜਿਵੇਂ ਆਪਾਂ ਸ਼ਲੋਕ ਲਿਖਦੇ ਹੁੰਨੇ ਆ ਜਾਂ ਕੋਈ ਸ਼ਬਦ ਲਿਖਦੇ ਹੁੰਨੇ ਆ ਉਸ ਤਰੀਕੇ ਦੇ ਨਾਲ ਇੱਕ ਮੋٹے ਅੱਖਰਾਂ ਦੇ ਵਿੱਚ ਪ੍ਰਧਾਨ ਮੰਤਰੀ ਦੀ ਸਿਫਤ ਦੇ ਵਿੱਚ ਕਵਿਤਾ ਲਿਖ ਦਿੱਤੀ ਗਈ ਹੈ ਜਦੋਂ ਇਹਦੇ ਬਾਬਤ ਚਾਰੇ ਪਾਸੇ ਚਰਚਾ ਹੋਈ ਵਿਰੋਧੀ ਪਾਰਟੀਆਂ ਨੇ ਇਸ ਮੁੱਦੇ ਨੂੰ ਚੁੱਕਿਆ ਵੀ ਦੇਖੋ ਜੀ ਹੁਣ ਕਮਾਲ ਹੋ ਗਈ ਹੈ ਇਹ ਮੰਦਰ ਬਣਾਉਣ ਦੇ ਨਾਲ ਹੁਣ ਤੇਲ ਦੀਆਂ ਕੀਮਤਾਂ ਘਟ ਜਾਣੀਆਂ ਇਹ ਮੰਦਰ ਬਣਾਉਣ ਦੇ ਨਾਲ ਹੁਣ ਸਾਰੇ ਦੇਸ਼ ਦੇ ਮਸਲੇ ਹੱਲ ਹੋ ਜਾਣੇ ਆ ਜਦੋਂ ਵਿਰੋਧ ਤਾਂ ਵਾਧੇ ਦੀ ਦੇਖੀ ਤਾਂ ਪੀਐਮਓ ਦੇ ਵੱਲੋਂ ਇਹ ਗੱਲ ਕਹੀ ਗਈ ਆ ਪ੍ਰਧਾਨ ਮੰਤਰੀ ਦਫ਼ਤਰ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਤੁਰੰਤ ਇਸ ਮੂਰਤੀ ਨੂੰ ਹਟਾ ਦਿੱਤਾ ਜਾਵੇ ਹੁਣ ਇੱਥੋਂ ਮੂਰਤੀ ਇਹ ਪਟਕੇ ਪ੍ਰਧਾਨ ਮੰਤਰੀ ਦੀ ਤੇ ਇੱਕ ਬੀਜੇਪੀ ਦੇ ਨੇਤਾ ਦੇ ਘਰ ਦੇ ਵਿੱਚ ਰੱਖ ਦਿੱਤੀ ਗਈ ਆ ਇਹ ਹਾਲਾਤ ਆ ਸਾਡੇ ਦੇਸ਼ ਦੇ ਵਿੱਚ ਉਹਨਾਂ ਲੋਕਾਂ ਨੇ ਜਿਹੜੇ ਕਿ ਝੋਲੀ ਚੱਕ ਬਹੁਤ ਵੱਡੇ ਬਣੇ ਪਏ ਆ ਸਾਨੂੰ ਨਹੀਂ ਕੋਈ ਇਤਰਾਜ਼ ਵੀ ਭਾਈ ਤੁਹਾਡੀ ਮਾਨਸਿਕਤਾ ਕਿਉਂ ਨਹੀਂ ਬਦਲਦੀ ਪਰ ਇਹ ਵਰਤਮਾਨ ਹਾਲਾਤ ਨੂੰ ਵੇਖ ਕੇ ਆਪੇ ਬਦਲਣੀ ਚਾਹੀਦੀ ਸੀ ਭਾਵੇਂ ਕੋਈ ਕਿਸੇ ਕਲਾਕਾਰ ਦਾ ਝੋਲੀ ਚੁੱਕ ਹੋਵੇ ਭਾਵੇਂ ਕਿਸੇ ਰਾਜਨੀਤਿਕ ਪਾਰਟੀ ਦਾ ਝੋਲੀ ਚੱਕ ਹੋਵੇ ਭਾਵੇਂ ਕਿਸੇ ਡੇਰੇਦਾਰ ਦਾ ਝੋਲੀ ਚੁੱਕ ਹੋਵੇ ਤੇ ਭਾਵੇਂ ਕਿਸੇ ਹੋਰ ਦਾ ਹੋਵੇ ਜਿਹੜਾ ਬੰਦਾ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਨਹੀਂ ਕਹਿਣਾ ਜਾਣਦਾ ਉਹ ਇਸ ਧਰਤੀ ਦੇ ਉੱਤੇ ਭਾਰ ਆ ਬਹੁਤ ਸਾਰੇ ਲੋਕ ਆ ਜਿਹੜੇ ਵਕ ਵਕ ਸੋਸ਼ਲ ਮੀਡੀਆ ਦੇ ਪਲੇਟਫਾਰਮਾਂ ਦੇ ਉੱਤੇ ਕਮੈਂਟਾਂ ਦੇ ਵਿੱਚ ਉਰਲੀਆਂ ਪਰਲੀਆਂ ਛੱਡ ਕੇ ਵਿਦਵਾਨ ਬਣਨ ਦੀ ਕੋਸ਼ਿਸ਼ ਕਰਦੇ ਆ ਪਰ ਉਹਨਾਂ ਨੂੰ ਬੇਨਤੀ ਇਹ ਆ ਕਿ ਜੇਕਰ ਤੁਹਾਨੂੰ ਵੀ ਚੀਜ਼ਾਂ ਮਹਿੰਗੀਆਂ ਮਿਲਦੀਆਂ ਮਾੜੀ-ਮੋਟੀ ਤੁਹਾਨੂੰ ਵੀ ਗੱਲ ਕਰਨੀ ਚਾਹੀਦੀ ਆ ਜੇ ਅੰਦਰੋਂ ਚੀਕ ਨਿਕਲਦੀ ਹੈ ਮਾੜਾ ਮੋਟਾ ਚੀਕ ਬੁਲਬੁਲੀ ਦਾ ਪ੍ਰਗਟਾਵਾ ਬਾਹਰ ਵੀ ਕਰ ਲੈਣਾ ਚਾਹੀਦਾ ਤੇ ਜਿਹੜੇ ਲੋਕ ਹਾਲੇ ਵੀ ਗੱਲ ਕਹਿੰਦੇ ਵੀ ਭਾਈ 56 ਇੰਚ ਦਾ ਸੀਨਾ ਕਮਾਲਾ ਕਰਦਾ ਹੁੰਦਾ ਮੁਬਾਰਕਾਂ ਭਾਈ ਤੁਹਾਨੂੰ ਤੁਹਾਨੂੰ 300 ਰੁਪਏ ਲੀਟਰ ਤੇਲ ਮਿਲਣਾ ਚਾਹੀਦਾ ਕਿਉਂਕਿ ਤੁਹਾਨੂੰ ਕੀ ਫਰਕ ਪੈਂਦਾ 56 ਇੰਚ ਦੇ ਵੱਲ ਆਪ ਦੇਖੀ ਜਾਣਾ ਪਰ ਜਿਹੜੀ ਆਮ ਲੋਕ ਆ ਜਿਹੜੇ ਕਿ ਅੱਛੇ ਦਿਨ ਆਉਣਗੇ ਇਸ ਗੱਲ ਦੇ ਵਿੱਚ ਆ ਕੇ ਹੁਣ ਤੱਕ ਚੁੱਪ ਬੈਠੇ ਰਹੇ ਆ ਕਿ ਸ਼ਾਇਰ ਦੇਸ਼ ਦੇ ਵਿੱਚ ਕੋਈ ਕਮਾਲ ਹੋ ਜਾਣੀ ਆ ਉਹਨਾਂ ਲੋਕਾਂ ਦੀ ਵੀ ਕਦੇ ਨਾ ਕਦੇ ਫਰਿਆਦ ਸੁਣਨੀ ਚਾਹੀਦੀ ਆ ਆ ਘੋੜੇ ਰੰਗਣ ਦੇ ਨਾਲ ਆ ਕਿਸੇ ਸ਼ਖਸੀਅਤ ਦੇ ਨਾਂ ਦੇ ਉੱਤੇ ਮੰਦਰ ਬਣਾਉਣ ਦੇ ਨਾਲ ਕਦੇ ਆਪਾਂ ਕਹਿੰਦੇ ਨੇ ਸਟੇਡੀਅਮ ਦਾ ਨਾਮ ਬਦਲ ਦਿੰਨੇ ਆ ਕਦੇ ਕੁਝ ਕਰ ਦਿੰਨੇ ਆ ਇਹਦੇ ਨਾਲ ਦੇਸ਼ ਦਾ ਕੋਈ ਭਲਾ ਨਹੀਂ ਜੇ ਹੋਣ ਵਾਲਾ ਪਾਰਟੀ ਵਿਸ਼ੇਸ਼ ਦਾ ਭਲਾ ਜ਼ਰੂਰ ਹੋ ਸਕਦਾ ਅੰਨੇ ਭਗਤਾਂ ਦਾ ਭਲਾ ਸ਼ਾਇਦ ਕੋਈ ਨਾ ਕੋਈ ਹੁੰਦਾ ਹੋਵੇ ਪਰ ਦੇਸ਼ ਦੀ ਸਮੁੱਚੀ ਜਨਤਾ ਦਾ ਭਲਾ ਕਿਤੇ ਨਹੀਂ ਹੁੰਦਾਗਾ ਸੋ ਇਸ ਮਾਮਲੇ ਦੇ ਉੱਤੇ ਗੌਰ ਫਰਮਾਈ ਕਰਨੀ ਚਾਹੀਦੀ ਆ ਅਸੀਂ ਕਿੱਥੇ ਜੇ ਖੜੇ ਆ ਕਿੱਥੋਂ ਤੁਰੇ ਸੀ ਤੇ ਕਿੱਥੇ ਅਸੀਂ ਪਹੁੰਚ ਜਾਾਂਗੇ ਦੇਸ਼ ਇਸ ਵਕਤ ਖੋਖਲਾ ਹੋ ਰਿਹਾ ਦੇਸ਼ ਦੇ ਵਿੱਚ ਡਿਜੀਟਲ ਭਾਰਤ ਦੀ ਜਿਹੜੀ ਤਸਵੀਰ ਹੈ ਉਹ ਲੋਕਾਂ ਦੇ ਮਨਾਂ ਦੇ ਵਿੱਚ ਕਿਹੋ ਜੀ ਉਕਰੀਆ ਆਪਾਂ ਜਾਣਦੇ ਆਂ ਪਰ ਆਪਾਂ ਗੱਲਾਂ ਦਾ ਖੜਾ ਜਦੋਂ ਬਣਾਉਣਾ ਤੇ ਫਿਰ ਮਿੱਠਾ ਘਟਕਿਓ ਪਾਉਣਾ ਸਾਡੇ ਨੇਤਾਵਾਂ ਦੇ ਉੱਤੇ ਗੱਲ ਲਾਗੂ ਹੁੰਦੀ ਆ ਸੋ ਸੋਚੋ ਸਮਝੋ ਵਿਚਾਰੋ ਤੇ ਹੋਰਨਾਂ ਨੂੰ ਵੀ ਸਮਝਾਓ ਕੇਂਦਰ ਦੀ ਸਰਕਾਰ ਦੇ ਵੱਲੋਂ ਕੋਰੀ ਨਾਂ ਫੇਰ ਕਰ ਦਿੱਤੀ ਗਈ ਆ ਕਿ ਖੇਤੀ ਕਾਨੂੰਨ ਰੱਦ ਕਰਨ ਦਾ ਸਵਾਲ ਪੈਦਾ ਨਹੀਂ ਹੁੰਦਾ ਪਰ ਦੇਸ਼ ਦੇ ਕਿਸਾਨ ਆ ਜਿਹੜੇ ਉਹ ਅੱਕੇ ਪਏ ਆ ਉਹ ਕਹਿੰਦੇ ਕੋਈ ਗੱਲ ਨਹੀਂ ਜੇ ਤੁਸੀਂ ਨਹੀਂ ਮੰਨਦੇ ਮੰਨਦੇ ਅਸੀਂ ਵੀ ਨਹੀਂ ਇਸੇ ਦਰਮਿਆਨ ਇੱਕ ਪਾਸੇ ਜਦੋਂ ਕੇਂਦਰ ਦੀ ਸਰਕਾਰ ਦੇ ਖਿਲਾਫ ਦਿੱਲੀ ਦੇ ਬਾਡਰਾਂ ਤੇ ਮੋਰਚਾ ਖੋਲਿਆ ਹੋਇਆ ਤਾਂ ਲੰਘੇ ਕੱਲ ਯਾਨੀ ਕਿ 20 ਤਰੀਕ ਤੋਂ ਪੰਜਾਬ ਦੇ ਵਿੱਚ ਵੱਖਰੇ ਤੌਰ ਦੇ ਉੱਤੇ ਸੂਬੇ ਦੀ ਸਰਕਾਰ ਦੇ ਖਿਲਾਫ ਕਿਸਾਨਾਂ ਵੱਲੋਂ ਮੋਰਚਾ ਖੋਲ ਦਿੱਤਾ ਗਿਆ ਉਹਦਾ ਕਾਰਨ ਕੀ ਹੈ ਡੇਢ ਹਫ਼ਤਾ ਪਹਿਲਾਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਸੂਬੇ ਦੇ ਮੁੱਖ ਮੰਤਰੀ ਨੂੰ ਇਸ ਗੱਲ ਦੀ ਬੇਨਤੀ ਕੀਤੀ ਵੀ ਐਤਕੀ ਗੰਨੇ ਦਾ ਭਾਅ 400 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਜਾਵੇ ਪਰ ਸੂਬੇ ਦੇ ਮੁੱਖ ਮੰਤਰੀ ਨੇ ਕਿਹਾ ਜੀ ਕਿ 15 ਰੁਪਏ ਕੁਇੰਟਲ ਅਸੀਂ ਭਾਅ ਵਧਾਤਾ ਪਹਿਲਾਂ 310 ਰੁਪਏ ਕੁਇੰਟਲ ਸੀ 15 ਰੁਪਏ ਵਧਾਉਣ ਤੋਂ ਬਾਅਦ 325 ਰੁਪਏ ਕੁਇੰਟਲ ਕਰਤਾ ਹਰਿਆਣੇ ਦੇ ਵਿੱਚ ਲਗਭਗ 360 ਰੁਪਏ ਕੁਇੰਟਲ ਮਿਲਦਾ ਪੰਜਾਬ ਦੇ ਕਿਸਾਨਾਂ ਦੇ ਦੋ ਮੰਗਾ ਕੈਪਟਨ ਅਮਰਿੰਦਰ ਸਿੰਘ ਦੇ ਕੋਲੋਂ ਕਿ ਪਿਛਲਾ ਬਕਾਇਆ ਗੰਨੇ ਦਾ ਜਾਰੀ ਕੀਤਾ ਜਾਵੇ ਭੁਗਤਾਨ ਪੂਰਾ ਕੀਤਾ ਜਾਵੇ ਤੇ ਅਗਲੀ ਗੱਲ ਇਹ ਹੈ ਜੀ ਕਿ 400 ਰੁਪਏ ਕੁਇੰਟਲ ਸਾਨੂੰ ਗੰਨੇ ਦਾ ਭਾਅ ਦਿੱਤਾ ਜਾਵੇ ਇਹ ਗੱਲ ਹਾਲੇ ਤੱਕ ਸੂਬੇ ਦੀ ਸਰਕਾਰ ਨੇ ਮੰਨੀ ਨਹੀਂ ਕਹਿੰਦੇ ਦਾ ਭਾਅ ਇਹ ਆ ਕਿ ਭਾਵੇਂ ਕੇਂਦਰ ਦੀ ਸਰਕਾਰ ਹੋਵੇ ਭਾਵੇਂ ਸੂਬਾਈ ਸਰਕਾਰਾਂ ਹੋਣ ਇੱਕ ਥਾਂ ਦੇ ਉੱਤੇ ਜਾ ਕੇ ਉਹ ਇੱਕੋ ਜੀਆਂ ਕੇਂਦਰ ਦੀ ਸਰਕਾਰ ਕਹਿੰਦੀ ਹੈ ਸੂਬਿਆਂ ਦੀਆਂ ਸਰਕਾਰਾਂ ਦੀਆਂ ਗਲਤੀਆਂ ਆ ਸੂਬਿਆਂ ਦੀਆਂ ਸਰਕਾਰਾਂ ਕਹਿੰਦੀਆਂ ਕੇਂਦਰ ਦੀ ਸਰਕਾਰ ਦੀ ਗਲਤੀ ਹੈ ਤੇ ਕਿਸਾਨ ਕਿਹੜੇ ਖੂਕਾ ਤੇ ਜਾਣ ਮਜ਼ਦੂਰ ਕਿਹੜੇ ਠੱਠੇ ਖੂ ਦੇ ਵਿੱਚ ਜਾਣ ਇਹਦੇ ਬਾਬਤ ਕਦੇ ਕੋਈ ਦੱਸ ਕੇ ਰਾਜ਼ੀ ਨਹੀਂ ਜੇ ਕਿਸਾਨ ਮਜ਼ਦੂਰ ਇਕਤਾ ਦੀ ਗੱਲ ਹੁੰਦੀ ਹੈ ਇਹਨਾਂ ਦੀ ਵਕੀ ਦੇ ਵਿੱਚੋਂ ਪੀੜ ਨਿਕਲਦੀ ਹੈ ਪਰ ਗੱਲ ਇਹ ਆ ਅਸਲ ਦੇ ਵਿੱਚ ਕਿ ਕਿਸਾਨ ਇਸ ਵਕਤ ਔਖੇ ਵੇਲੇ ਦੇ ਵਿੱਚੋਂ ਨਿਕਲ ਰਹੇ ਆ ਇਸੇ ਔਖਾਈ ਦੇ ਕਰਕੇ ਕਿਸਾਨਾਂ ਨੇ ਜਲੰਧਰ ਹਾਈਵੇ ਨੂੰ ਪੱਕੇ ਤੌਰ ਦੇ ਉੱਤੇ ਜਾਮ ਕਰਤਾ ਸੜਕਾਂ ਦੇ ਉੱਤੇ ਟੈਂਟ ਪੱਕੇ ਤੌਰ ਦੇ ਉੱਤੇ ਲਾ ਲਏ ਗਏ ਆ ਲੋਕ ਪਰੇਸ਼ਾਨ ਹੋ ਰਹੇ ਇਹਦੇ ਵਿੱਚ ਕੋਈ ਦੋਰਾਇਆ ਨਹੀਂ ਕਿਉਂਕਿ ਜੇਕਰ ਫਗਵਾੜੇ ਤੋਂ ਤੁਸੀਂ ਜਲੰਧਰ ਦੇ ਵਿੱਚ ਆਉਣਾ ਹੋਵੇ ਸਕੂਟਰ ਤੇ ਬੱਸ ਤੇ ਕਾਰ ਤੇ ਵੱਧ ਤੋਂ ਵੱਧ 25-30 ਮਿੰਟ ਲੱਗਦੇ ਆ ਪਰ ਹੁਣ ਪਿੰਡਾਂ ਦੇ ਵਿੱਚ ਵੀ ਪਾ ਕੇ ਤੁਹਾਨੂੰ ਆਪਣਾ ਵੀਕਲ ਤੇ ਡੇਢ-ਦੋ ਘੰਟੇ ਦੇ ਵਿੱਚ ਜਲੰਧਰ ਪਹੁੰਚਣਾ ਪੈਂਦਾ ਪਰ ਕਿਸਾਨਾਂ ਨੇ ਇਹ ਗੱਲ ਕਹੀ ਆ ਵੀ ਜੇ ਤਾਂ ਸੂਬੇ ਦੀ ਸਰਕਾਰ ਕੱਲ੍ਹ ਨੂੰ ਮੰਗ ਮੰਨ ਲੈਂਦੀ ਆ ਤਾਂ ਅਸੀਂ ਘੰਟੇ ਬਾਅਦ ਫਿਰ ਖਤਮ ਕਰ ਲਿਆਗੇ ਇਹ ਨੁਲਣ ਤੇ ਜੇਕਰ ਉਹਨਾਂ ਦੇ ਵੱਲੋਂ ਮੀਂਹਾਂ ਨਹੀਂ ਮੰਨੀ ਜਾਂਦੀ ਤਾਂ ਮੀਂਹਾਂ ਅਸੀਂ ਫਿਰ ਇੱਥੇ ਬੈਠੇ ਟੈਂਟ ਅਸੀਂ ਪ ਲੰਗਰ ਇੱਥੇ ਬਣਾਉਣਾ ਸ਼ੁਰੂ ਕਰਤਾ ਬਿਜਲੀ ਦਾ ਪ੍ਰਬੰਧ ਇੱਥੇ ਕਰ ਲਿਆ ਜਨਰੇਟਰ ਇੱਥੇ ਲੱਗੇ ਆ ਤੇ ਕਿਸਾਨ ਆਗੂਆਂ ਨੇ ਇਹ ਗੱਲ ਕਹੀ ਹੈ ਵੀ ਇਹ ਨਾ ਸੋਚਿਓ ਕਿ ਦਿੱਲੀ ਵਾਲਾ ਅਧੂਲਣ ਸਮਾਪਤ ਹੋ ਗਿਆ ਉਥੇ ਇਕੱਠ ਹੋਵੇਂ ਰਹੂਗਾ ਪੰਜਾਬ ਦੇ ਵਿੱਚ ਇੱਥੇ ਵੀ ਇਕੱਠ ਹੋਣ ਵਧੂਗਾ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ ਪੰਜਾਬ ਦੇ ਵਿੱਚ ਕਿਸਾਨਾਂ ਦੇ ਵੱਲੋਂ ਲਗਾਤਾਰ ਹੁਣ ਸੂਬੇ ਦੀ ਕੈਪਟਨ ਸਰਕਾਰ ਦੇ ਖਿਲਾਫ ਸੰਘਰਸ਼ ਵਿੱਡਿਆ ਜਾ ਰਿਹਾ ਤੇ ਲੰਘੇ ਕੱਲ ਪੰਜਾਬ ਦੇ ਵਿੱਚ ਜਲੰਧਰ ਹਾਈਵੇ ਨੂੰ ਮੁਕੰਮਲ ਤੌਰ ਦੇ ਉੱਤੇ ਬੰਦ ਕਰ ਦਿੱਤਾ ਗਿਆ ਜਿਸ ਕਰਕੇ ਲੋਕਾਂ ਦੀ ਪਰੇਸ਼ਾਨੀ ਵਿੱਚ ਵਾਧਾ ਹੋਇਆ ਪਰ ਸੂਬੇ ਦੀ ਸਰਕਾਰ ਦੇ ਕੰਨ ਉੱਤੇ ਹਾਲੇ ਤੱਕ ਜੋ ਨਹੀਂ ਸਰਕੀ ਵੱਖ-ਵੱਖ ਵਿਰੋਧੀ ਪਾਰਟੀਆਂ ਦੇ ਵੱਲੋਂ ਵੀ ਸੱਤਾਧਾਰੀ ਧਿਰ ਦੇ ਉੱਤੇ ਰਾਜਨੀਤਿਕ ਨਿਸ਼ਾਨੇ ਵਿੰਨੇ ਜਾਣ ਲੱਗੇ ਨੇ ਇਸ ਦੇ ਦਰਮਿਆਨ ਭਾਰਤੀ ਜਨਤਾ ਪਾਰਟੀ ਦੇ ਰਾਜ ਸਭਾ ਮੈਂਬਰ ਤੇ ਕਿਸਾਨ ਮੋਰਚਾ ਦੇ ਸਾਬਕਾ ਪ੍ਰਧਾਨ ਵਿਜੇ ਪਾਲ ਤੋਮਰ ਨੇ ਕਿਹਾ ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨਾਂ ਤੇ ਉਪਭੋਗਤਾਵਾਂ ਦੇ ਵਿੱਚੋਂ ਵਿਚੋਲਿਆਂ ਨੂੰ ਹਟਾਉਣ ਦੇ ਲਈ ਤਿੰਨ ਨਵੇਂ ਕਾਨੂੰਨ ਬਣਾਏ ਨੇ ਜੋ ਕਿਸਾਨਾਂ ਦੇ ਹਿੱਤ ਦੇ ਵਿੱਚ ਨਹੀਂ ਤੋਮਰ ਨੇ ਕਿਸਾਨ ਸੰਵਾਦ ਪ੍ਰੋਗਰਾਮ ਦੇ ਵਿੱਚ ਬੋਲਿਆ ਉਹਨਾਂ ਨੇ ਕਿਹਾ ਕਿ ਵੱਡੇ ਕਿਸਾਨ ਨੇਤਾ ਸ਼ਰਦ ਜੋਸ਼ੀ ਚੌਧਰੀ ਮਹਿੰਦਰ ਸਿੰਘ ਟਕੈਤ ਤੇ ਚੌਧਰੀ ਚਰਨ ਸਿੰਘ ਵਿਚੋਲਿਆਂ ਨੂੰ ਹਟਾਉਣ ਦੀ ਮੰਗ ਕਰਦੇ ਰਹੇ ਨੇ ਉਹਨਾਂ ਨੇ ਕਿਹਾ ਕਿ ਖੇਤੀ ਕਾਨੂੰਨ ਸੰਬੰਧੀ ਬਿੱਲ ਆਉਣ ਤੇ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਕੈਤ ਨੇ ਉਹਨਾਂ ਦਾ ਸਵਾਗਤ ਕੀਤਾ ਸੀ ਪਰ ਵਿਰੋਧੀ ਦਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਨਾਰਾਜ਼ਗੀ ਕਾਰਨ ਇਹਨਾਂ ਕਾਨੂੰਨਾਂ ਦਾ ਰਾਜਨੀਤਿਕ ਆਧਾਰ ਦੇ ਉੱਤੇ ਹੁਣ ਵਿਰੋਧ ਕਰ ਰਹੇ ਨੇ ਜਦਕਿ ਇਹਨਾਂ ਕਾਨੂੰਨਾਂ ਤੋਂ ਕਿਸਾਨਾਂ ਨੂੰ ਫਾਇਦਾ ਹੋਣ ਵਾਲਾ ਮੁੱਠੀ ਪਰ ਲੋਕਾਂ ਨੂੰ ਛੱਡ ਕੇ ਦੇਸ਼ ਦੇ ਹੋਰ ਕਿਸਾਨਾਂ ਨੂੰ ਇਹਨਾਂ ਖੇਤੀ ਕਾਨੂੰਨਾਂ ਦਾ ਲਾਭ ਹੋ ਰਿਹਾ ਤੇ ਉਹ ਇਹਨਾਂ ਨੂੰ ਆਪਣੀ ਹਿੱਤ ਦੇ ਵਿੱਚ ਮੰਨਦੇ ਨੇ ਉਹਨਾਂ ਕਹਿੰਦੇ ਕਿ ਵਿਰੋਧੀ ਪਾਰਟੀਆਂ ਨੂੰ ਖੁਸ਼ ਕਰਨ ਦੇ ਲਈ ਸਰਕਾਰ ਇਹਨਾਂ ਕਾਨੂੰਨਾਂ ਨੂੰ ਕਿਸੇ ਵੀ ਕੀਮਤ ਦੇ ਉੱਤੇ ਵਾਪਸ ਨਹੀਂ ਲਵੇਗੀ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ ਪਹਿਲੀ ਗੱਲ ਤਾਂ ਸਿੱਖਾਂਗੇ ਦੋ ਗੱਲਾਂ ਇਸ ਰਿਪੋਰਟ ਦੇ ਵਿੱਚੋਂ ਉੱਭਰ ਕੇ ਸਾਹਮਣੇ ਆਉਂਦੀਆਂ ਇੱਕ ਤਾਂ ਮੁੱਠੀ ਪਰ ਕਿਸਾਨ ਵਿਰੋਧ ਕਰ ਰਹੇ ਆ ਬਾਰਡਰਾਂ ਦੇ ਉੱਤੇ ਜਿਹੜੇ ਕਿਸਾਨ ਬੈਠੇ ਲੱਖਾਂ ਦੀ ਗਿਣਤੀ ਦੇ ਵਿੱਚ ਇਹ ਇਹਨਾਂ ਨੂੰ ਹਾਲੇ ਵੀ ਮੁੱਠੀ ਪਰ ਪ੍ਰਤੀਤ ਹੁੰਦੇ ਆ 26 ਅਗਸਤ ਨੂੰ 9 ਮਹੀਨੇ ਬਾਰਡਰਾਂ ਦੇ ਉੱਤੇ ਬੈਠੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਪੂਰੇ ਹੋ ਜਾਣੇ ਆ 600 ਦੇ ਕਰੀਬ ਕਿਸਾਨ ਆ ਜਿਹੜੇ ਉਹ ਹੁਣ ਤੱਕ ਮੌਤ ਦੀ ਬੁਕਲ 'ਚ ਚਲੇ ਗਏ ਆ ਮਜ਼ਦੂਰਾਂ ਦੀ ਵੀ ਮੌਤ ਹੋਈ ਆ ਪਰ ਇਹਨਾਂ ਨੂੰ ਹਾਲੇ ਵੀ ਇਹ ਮੁਠੀ ਭਰ ਪ੍ਰਤੀਤ ਹੁੰਦੇ ਆ ਤੇ ਵੱਡੀ ਗੱਲ ਇਹਨਾਂ ਦੇ ਵੱਲੋਂ ਇਹ ਕਹੀ ਜਾ ਰਹੀ ਆ ਕਿ ਜੀ ਅਸੀਂ ਵਿਰੋਧੀ ਪਾਰਟੀਆਂ ਨੂੰ ਖੁਸ਼ ਕਰਨ ਦੇ ਲਈ ਇਹ ਕਾਨੂੰਨ ਕਦੇ ਵੀ ਵਾਪਸ ਨਹੀਂ ਲਾਵਾਂਗੇ ਯਾਨੀ ਕਿ ਇਹ ਭਾਜਪਾ ਦੀ ਸੋਚ ਆ ਵੀ ਉਹ ਇਹ ਸੋਚਦੇ ਆ ਵੀ ਜੇਕਰ ਅਸੀਂ ਕਿਸਾਨੀ ਦੀਆਂ ਮੰਗਾਂ ਮੰਨ ਲਈਆਂ ਤਾਂ ਵਿਰੋਧੀ ਪਾਰਟੀਆਂ ਖੁਸ਼ ਹੋ ਜਾਣੀਆਂ ਜਦਕਿ ਵਿਰੋਧੀ ਪਾਰਟੀਆਂ ਦੇ ਵੀ ਪੰਜਾਬ ਦੇ ਵਿੱਚ ਨੇਤਾਵਾਂ ਦਾ ਲਗਾਤਾਰ ਘਰਾਓ ਕੀਤਾ ਜਾ ਰਿਹਾ ਹੈ ਲੰਘੇ ਕੱਲ ਕਿਸਾਨਾਂ ਦੇ ਵੱਲੋਂ ਸੰਤ ਹਰਚੰਦ ਸਿੰਘ ਲੋਂਗੋਵਾਲ ਦੀ ਵਰਸੀ ਦੇ ਮੌਕੇ ਦਾਣਾ ਮੰਡੀ ਦੇ ਵਿੱਚ ਜਿੱਥੇ ਬਹੁਤ ਵੱਡਾ ਪ੍ਰੋਗਰਾਮ ਰੱਖਿਆ ਗਿਆ ਸੀ ਉੱਥੇ ਵਿਜੇਂਦਰ ਸਿੰਘਲਾ ਤੇ ਸਾਧੂ ਸਿੰਘ ਧਰਮਸੋਤ ਪੰਜਾਬ ਦੇ ਦੋ ਕੈਬਨਿਟ ਮੰਤਰੀ ਚਲੇ ਗਏ ਉੱਥੇ ਕਿਸਾਨਾਂ ਨੇ ਉਹਨਾਂ ਦਾ ਵਿਰੋਧ ਕੀਤਾ ਤੇ ਬਾਅਦ ਦੇ ਵਿੱਚ ਕਾਰਾਂ ਦੇ ਵਿੱਚੋਂ ਵਾਪਸ ਚਲੇ ਗਏ ਹੁਣ ਸੋਚਣਾ ਵਿਚਾਰਨਾ ਇਹ ਬਣਦਾ ਕਿ ਕਾਂਗਰਸ ਦਾ ਵਿਰੋਧੀ ਆ ਬੀਜੇਪੀ ਦੀ ਇਹ ਕਦੇ ਵਿਰੋਧੀ ਪਾਰਟੀਆਂ ਖੁਸ਼ ਨਹੀਂ ਹੋਣ ਦੇਣੀਆਂ ਤੇ ਵਿਰੋਧੀ ਪਾਰਟੀਆਂ ਦਾ ਵੀ ਵਿਰੋਧ ਉਵੇਂ ਕੀਤਾ ਜਾ ਰਿਹਾ ਜਿਵੇਂ ਕਿ ਬੀਜੇਪੀ ਦਾ ਕੀਤਾ ਜਾ ਰਿਹਾ ਹੁਣ ਉਸ ਤੋਂ ਅਗਲੀ ਗੱਲ ਸੁਣ ਲੋ ਆਕਾਲੀ ਦਲ ਦੇ ਵਕਫ ਵਕ ਆਗੂਆਂ ਦਾ ਵੀ ਵਿਰੋਧ ਇਵੇਂ ਹੋ ਰਿਹਾ ਹੋਰ ਬੀਜੇਪੀ ਦੇ ਅਗਮਤ ਚਲੋ ਪੰਜਾਬ ਦੇ ਵਿੱਚ ਵਿਰੋਧ ਹੋਣਾ ਹੀ ਹੋਣਾ ਕਹਿੰਦੇ ਦਾ ਭਾਵ ਇਹ ਆ ਕਿ ਬੀਜੇਪੀ ਦੇ ਨੇਤਾ ਕਿਸੇ ਬਾਰੇ ਵੀ ਕੁਝ ਵੀ ਬੋਲਦੇ ਆ ਜਿਹਦੇ ਕਰਕੇ ਨਵੀਂ ਪਸੂੜੀ ਪੈਦਾ ਹੁੰਦੀ ਹੈ ਤੇ ਨਿਤ ਨਵਾਂ ਕਲੇਸ਼ ਪੈਦਾ ਹੁੰਦਾ ਪਰ ਕਿਸਾਨ ਇਹ ਗੱਲ ਕਹਿੰਦੇ ਵੀ ਅਸੀਂ ਪਿੱਛੇ ਹਟਣ ਵਾਲਿਆਂ ਦੇ ਵਿੱਚੋਂ ਨਹੀਂ ਭਾਵੇਂ ਸਾਨੂੰ 2024 ਤੱਕ ਕਿ ਉਹਨਾਂ ਬਾਰਡਰਾਂ ਤੇ ਬਹਿਣਾ ਪੈ ਜੇ ਇਹ ਇੱਕ ਵੱਖਰੀ ਗੱਲ ਹੈ ਵੀ ਭਾਜੀਪੀ ਦੇ ਕੁਝ ਕੁ ਨੇਤਾ ਕਹਿੰਦੇ ਵੀ ਕਿਸਾਨਾਂ ਨੂੰ ਮਜ਼ਾ ਆਉਣ ਲੱਗ ਪਿਆ ਇੱਥੇ ਬਹਿ ਕੇ ਉਹ ਹੁਣ ਇੰਜੋਏ ਕਰ ਰਹੇ ਆ ਇਹਨਾਂ ਬਾਰਡਰਾਂ ਦੇ ਉੱਤੇ ਇਸ ਅੰਦੋਲਨ ਦੇ ਵਿੱਚ ਉਹਨਾਂ ਨੂੰ ਮਸਤੀ ਸੁਝਦੀ ਆ ਇਹਨਾਂ ਦੀ ਸਮਝ ਇਹੋ ਜੀ ਆ ਇਹਨਾਂ ਨੂੰ ਸੰਘਰਸ਼ ਕਰਦੇ ਲੋਕ ਮਸਤੀ ਦੇ ਪ੍ਰਤੀਕ ਜਾਪਦੇ ਆ ਤੇ ਜੇਕਰ ਇਹ ਲੱਗਦਾ ਤੁਹਾਨੂੰ ਵੀ ਇੰਜੋਏ ਕਰਦੇ ਆ ਫਿਰ ਭਾਜੀਪੀ ਦੇ ਨੇਤਾਵਾਂ ਨੂੰ ਵੀ ਇੰਜੋਏ ਕਰਨਾ ਚਾਹੀਦਾ ਉਹਨਾਂ ਨੂੰ ਵੀ ਇੱਕ ਬਾਰਡਰ ਦੇ ਉੱਤੇ ਜਾ ਕੇ ਬਹਿ ਜਾਣਾ ਚਾਹੀਦਾ 9 ਮਹੀਨੇ ਉੱਥੋਂ ਉੱਠਿਓ ਨਾ ਇੰਜੋਏ ਪੂਰੇ ਤਰੀਕੇ ਨਾਲ ਕਰਕੇ ਆਇਓ ਚੋਣਾ ਨਿਕਲ ਜਾਣ ਕੀ ਹੁੰਦਾ ਇੰਜੋਏ ਜ਼ਰੂਰ ਕਰਿਓ ਆਪ ਤੁਸੀਂ 9 ਘੰਟੇ ਨਹੀਂ ਕਿਤੇ ਬੈਠ ਸਕਦੇ ਪਰ ਜੇਕਰ ਕੋਈ ਸੰਘਰਸ਼ ਕਰਦਾ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਇਹੋ ਜੇ અલੰਕਾਰਾਂ ਤੇ ਵਿਸ਼ੇਸ਼ਣਾਂ ਦੇ ਨਾਲ ਸਮੋਧਨ ਕੀਤਾ ਜਾਂਦਾ ਵੀ ਦੁੱਖ ਹੁੰਦਾ ਇਸ ਗੱਲ ਦੇ ਉੱਤੇ ਵੀ ਅਨਦਾਤੇ ਦੀ ਇਹ ਲੋਕ ਕਿੰਨੀ ਕਦਰ ਕਰਦੇ ਆ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਲਗਾਤਾਰ ਇੱਕ ਦੂਜੇ ਦੇ ਉੱਤੇ ਦੋਸ਼ਣਬਾਜ਼ੀ ਕੀਤੀ ਜਾ ਰਹੀ ਹੈ ਨਵੀਂ ਗੱਲ ਨਹੀਂ ਇਹ ਲੰਮੇ ਸਮੇਂ ਤੋਂ ਹੁੰਦੀ ਆ ਰਹੀ ਹੈ ਲੋਕਾਂ ਨੂੰ ਵੀ ਇਹਨਾਂ ਗੱਲਾਂ ਦੇ ਵਿੱਚ ਸਵਾਦ ਆਉਂਦਾ ਤੇ ਪਤਾ ਨਹੀਂ ਕਿੰਨੀ ਦੇਰ ਤੱਕ ਇਹ ਦੋਸ਼ਣਬਾਜ਼ੀ ਹੋਰ ਚੱਲਣੀ ਹੈ ਇੱਕ ਤੋਂ ਦੂਜੀ ਪਾਰਟੀ ਦੇ ਵਿੱਚ ਛੜੱਪਾ ਮਾਰਨ ਵਾਲੇ ਲੋਕਾਂ ਦੀ ਘਾਟ ਵੀ ਨਹੀਂ ਪਰ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਪੰਜਾਬ ਦੇ ਵਿੱਚ ਪਾਰਟੀ ਤਾਂ ਬਦਲ ਲਈ ਜਾਂਦੀ ਆ ਪਰ ਪੰਜਾਬ ਦਾ ਕੀ ਬਣੂਗਾ ਇਹਦੇ ਬਾਬਤ ਸੋਚੜ ਵਾਲੇ ਕਿੰਨੇ ਕ ਨੇਤਾ ਇਹਦੇ ਬਾਬਤ ਆਪੇ ਸਵੈਚੰਤਰ ਕਰਿਓ ਆਪਦੇ ਬਾਰੇ ਵੀ ਤੇ ਪਾਰਟੀਆਂ ਦੇ ਬਾਰੇ ਵੀ ਹੁਣ ਸੁਖਬੀਰ ਸਿੰਘ ਬਾਦਲ ਪੂਰੇ ਪੰਜਾਬ ਦੇ ਵਿੱਚ ਇਸ ਵਕਤ ਘੁੰਮ ਰਹੇ ਆ ਆਪਣੀ ਪੰਜਾਬ ਯਾਤਰਾ ਨੂੰ ਅੱਗੇ ਤੋਂ ਅੱਗੇ ਵਧਾ ਰਹੇ ਆ ਕਾਂਗਰਸ ਦੇ ਵੱਲੋਂ ਪਤਾ ਲੱਗਾ ਜੀ ਕਿ ਹੁਣ ਜੋ ਲੋਕਾਂ ਨਾਲ ਕੀਤੇ ਗਏ ਸੀ ਵਾਅਦੇ ਉਹਨੂੰ ਪੂਰਾ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਲੰਘੇ ਕੱਲ ਨਵਜੋਤ ਸਿੰਘ ਸਿੱਧੂ ਸਿਸਵਾ ਫਾਰਮ ਹਾਊਸ ਤੇ ਜਾ ਕੇ ਪ੍ਰਗਟ ਸਿੰਘ ਤੇ ਕੁਲਜੀਤ ਸਿੰਘ ਨਗਰਾ ਦੇ ਨਾਲ ਮਿਲ ਕੇ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਕੇ ਆਏ ਆ ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਜੀ ਕਿ ਸਾਰੇ ਮੰਤਰੀ ਹੁਣ ਖਿੱਚ ਦੇਣ ਕੰਮ ਸਾਰੇ ਮਸਲੇ ਹੱਲ ਕਰਨੇ ਆ ਲੋਕਾਂ ਦੇ ਨਾਲ ਤੇ ਪਾਰਟੀ ਵਰਕਰਾਂ ਦੇ ਨਾਲ ਰਾਬਤੇ ਦੇ ਵਿੱਚ ਰਹਿਣਾ ਚਾਹੀਦਾ ਬੀਜੇਪੀ ਕਦੀ ਸਾਡੇ ਵਰਗਾ ਹੈ ਕੋਈ ਨਹੀਂ ਅਸੀਂ ਸਾਰੇ ਤਖਤੀ ਪਲਟ ਦੇਣੀ ਆ ਆਮ ਆਦਮੀ ਪਾਰਟੀ ਕਦੀ ਅੱਕੇ ਹੋਏ ਲੋਕ ਦੋਵਾਂ ਰਵਾਇਤੀ ਪਾਰਟੀਆਂ ਤੋਂ ਇੱਥ ਕੀ ਵੋਟਾਂ ਸਾਨੂੰ ਪਾ ਜਾਣਗੇ ਪਤਾ ਨਹੀਂ ਲੋਕਾਂ ਨੇ ਕੀ ਫੈਸਲਾ ਕਰਨਾ ਪਰ ਆਸ ਉਹਨਾਂ ਨੂੰ ਇਸ ਗੱਲ ਦੀ ਆ ਪਰ ਪੰਜਾਬ ਦੇ ਲੋਕ ਇਹ ਚਾਹੁੰਦੇ ਜੀ ਕਿ ਆਮ ਆਦਮੀ ਪਾਰਟੀ ਆਪਣਾ ਸੀਐਮ ਕੈਂਡੀਡੇਟ ਹੁਣੇ ਐਲਾਨ ਦੇਵੇ ਲੇਟ ਲਤੀਫੀ ਦੀ ਸ਼ਿਕਾਰਨਾ ਹੋਵੇ ਇਸ ਦੇ ਦਰਮਿਆਨ ਕੱਲ ਸੁਖਬੀਰ ਸਿੰਘ ਬਾਦਲ ਖੋਰਾ ਦੀ ਹਾਜ਼ਰੀ ਦੇ ਵਿੱਚ ਅਨਿਲ ਜੋਸ਼ੀ ਜਿਹੜੇ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਲਗਾਤਾਰ ਬੋਲੇ ਪਾਰਟੀ ਨੇ 6 ਸਾਲ ਦੇ ਲਈ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਤਾ ਤੇ ਹੁਣ ਉਹ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਆ ਪੈਂਦੀ ਸੱਟੇ ਅਨਿਲ ਜੋਸ਼ੀ ਨੂੰ ਅੰਮ੍ਰਿਤਸਰ ਦੇ ਵਿੱਚੋਂ ਉਮੀਦਵਾਰ ਬਣਾ ਦਿੱਤਾ ਗਿਆ ਅੰਮ੍ਰਿਤਸਰ ਉਤਰੀ ਖੇਤਰ ਦੇ ਵਿੱਚੋਂ ਅਕਾਲੀ ਦਲ ਦਾ ਤੇ ਲੰਗੇ ਕਾਲਰ ਰਾਜਕੁਮਾਰ ਗੁਪਤਾ ਨੂੰ ਸੁਜਾਨਪੁਰ ਖੇਤਰ ਤੋਂ ਉਮੀਦਵਾਰ ਅਕਾਲੀ ਦਲ ਦਾ ਬਣਾਇਆ ਗਿਆ ਸੋ ਕਹਿਣ ਦਾ ਭਾਵ ਇਹ ਹੈ ਜੀ ਕਿ ਹੁਣੇ ਤੋਂ ਅਕਾਲੀ ਦਲ ਲਗਾਤਾਰ ਉਮੀਦਵਾਰਾਂ ਦਾ ਐਲਾਨ ਕਰ ਰਿਹਾ ਇਹਦੇ ਨਾਲ ਕਿੰਨਾ ਕੁ ਫਾਇਦੇ ਦੇ ਵਿੱਚ ਜਾਂ ਕਿੰਨਾ ਕੁ ਨੁਕਸਾਨ ਦੇ ਵਿੱਚ ਅਕਾਲੀ ਦਲ ਰਹੂ ਇਹ ਤਾਂ ਵਕਤ ਬਿਆਨ ਕਰੂਗਾ ਪਰ ਪਹਿਲਾਂ ਇਸ ਰਿਪੋਰਟ ਦਾ ਵਿਰਵਾ ਤੇ ਫਿਰ ਕਰਾਂਗੇ ਟਿੱਪਣੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਅਨਿਲ ਜੋਸ਼ੀ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਬਾਕੀ ਸਾਰੀਆਂ ਸਿਆਸੀ ਪਾਰਟੀਆਂ ਭਾਵੇਂ ਉਹ ਆਮ ਆਦਮੀ ਪਾਰਟੀ ਹੋਵੇ ਕਾਂਗਰਸ ਜਾਂ ਭਾਜਪਾ ਹੋਵੇ ਇਹਨਾਂ ਦੇ ਫੈਸਲੇ ਦਿੱਲੀ ਦੇ ਵਿੱਚ ਹੁੰਦੇ ਨੇ ਪਰ ਪੰਜਾਬ ਦੀ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ ਜਿਹਦੇ ਫੈਸਲੇ ਪੰਜਾਬ ਦੇ ਵਿੱਚ ਹੀ ਹੁੰਦੇ ਨੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਮੈਂ ਪੰਜਾਬ ਦੇ ਵਿੱਚ ਅਕਾਲੀ ਦਲ ਬਸਪਾ ਗੱਠ ਜੋੜ ਦੀ ਸਰਕਾਰ ਬਣਾਉਣ ਦੇ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਦੀ ਪੂਰੀ ਸੂਰੀ ਕੋਸ਼ਿਸ਼ ਕਰਾਂਗਾ ਇਹ ਵੀ ਦਸਰਾ ਮੰਨਦਾ ਹੈ ਕਿ ਲੰਘੇ ਕੱਲ ਸੁਖਬੀਰ ਬਾਦਲ ਨੇ ਉਮੀਦਵਾਰ ਐਲਾਨਣ ਦੇ ਨਾਲ ਨਾਲ ਅਨਲ ਜੋਸ਼ੀ ਨੂੰ ਅਕਾਲੀ ਦਲ ਬਾਦਲ ਦਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਵੀ ਬਣਾ ਦਿੱਤਾ ਇੱਥੇ ਵੀ ਦਸਰਾ ਮੰਨਦਾ ਹੈ ਕਿ ਲਗਾਤਾਰ ਵਕ ਵਕ ਪਾਰਟੀਆਂ ਦੇ ਆਗੂ ਇੱਕ ਤੋਂ ਦੂਜੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਨੇ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਪੰਜਾਬ ਦੇ ਚੰਗੇਰੇ ਭਵਿੱਖ ਦੀ ਖਾਤਰ ਹੀ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ ਪਹਿਲੀ ਗੱਲ ਤਾਂ ਸਿੱਖਾਂਗੇ ਅਨੰਲੀ ਜੋਸ਼ੀ ਹੋਰਾਂ ਨੂੰ ਕਿੰਨਾ ਕੁ ਰਾਜਨੀਤਿਕ ਲਾਭ ਹੋਊਗਾ ਇਹ ਵਕਤ ਬਿਆਨ ਕਰੂ ਪਰ ਲੰਘੇ ਕੱਲ ਸਾਡੀ ਸੁਖਪਾਲ ਸਿੰਘ ਨੰਨੂ ਦੇ ਨਾਲ ਫੋਨ ਦੇ ਉੱਤੇ ਗੱਲ ਹੋਈ ਜਿਹੜੇ ਕਿ ਦੋ ਵਾਰ ਭਾਜਪਾ ਦੇ ਵੱਲੋਂ ਵਿਧਾਇਕ ਰਹੇ ਆ ਜਿਨ੍ਹਾਂ ਨੇ 54 ਸਾਲ ਬਾਅਦ ਆਪਣੇ ਘਰ ਤੋਂ ਝੰਡਾ ਲਾਇਆ ਭਾਜਪਾ ਦਾ ਤੇ ਕਿਸਾਨੀ ਝੰਡਾ ਲਾ ਲਿਆ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਮੈਂ ਹਾਲੇ ਆਪਣੇ ਹਲਕੇ ਦੇ ਲੋਕਾਂ ਨਾਲ ਵਿਚਾਰ ਕਰ ਰਿਹਾ ਕਿਹੜੀ ਪਾਰਟੀ ਵੱਲੋਂ ਚੋਣ ਲੜਨੀ ਹੈ ਇਹ ਆਉਣ ਵਾਲਾ ਵਕਤ ਬਿਆਨ ਕਰੂਗਾ। ਉਹਨਾਂ ਨੇ ਕਿਹਾ ਜੀ ਕਿ ਜੇਕਰ ਪੰਜਾਬ ਦੀ ਬੀਜੇਪੀ ਇਕਾਈ ਚਾਹੁੰਦੀ ਤੇ ਹਾਈ ਕਮਾਂਡ ਤੱਕ ਸਹੀ ਤੇ ਸਪਸ਼ਟ ਜਾਣਕਾਰੀ ਪਹੁੰਚਾਉਂਦੀ ਕਿ ਭਾਈ ਪੰਜਾਬ ਦੇ ਵਿੱਚ ਆਪਣਾ ਵਟਿਆ ਕੁਝ ਨਹੀਂ ਜਾਣਾ ਜੇ ਕਿਸਾਨ ਮਜ਼ਦੂਰ ਮਸਲਾ ਹੱਲ ਨਾ ਕੀਤਾ ਤਾਂ ਹੁਣ ਤੱਕ ਇਹ ਮਸਲਾ ਹੱਲ ਹੋ ਜਾਣਾ ਸੀ ਪਰ ਜਾਣਬੁੱਝ ਕੇ ਇਹਨਾਂ ਦੇ ਵੱਲੋਂ ਗਲਤ ਜਾਣਕਾਰੀ ਹਾਈ ਕਮਾਂਡ ਤੱਕ ਪਹੁੰਚਾਈ ਗਈ ਹੈ ਜਿਹਦੇ ਕਰਕੇ ਅੱਜ ਪੰਜਾਬ ਦੇ ਵਿੱਚ ਬੀਜੇਪੀ ਦੇ ਪੈਰ ਨਹੀਂ ਲੱਗ ਰਹੇ। ਜਿਦੇ ਕਰਕੇ ਅੱਜ ਥਾਂ-ਥਾਂ ਤੇ ਬੀਜੇਪੀ ਆਗੂਆਂ ਦਾ ਘਰਾਓ ਹੁੰਦਾ ਉਹਨਾਂ ਨੇ ਕਿਹਾ ਜੀ ਕਿ ਮੈਂ ਜ਼ਮੀਰ ਦੀ ਆਵਾਜ਼ ਸੁਣੀ ਕਿਸਾਨੀ ਦੇ ਪੱਖ ਦੇ ਵਿੱਚ ਖੜਾ ਮੈਂ ਇਸੇ ਕਰਕੇ ਪਾਰਟੀ ਨੂੰ ਅਲਵਿਦਾ ਆਖੀ ਹੈ ਤੇ ਤਿੰਨ ਵਾਰ ਉਹਨਾਂ ਦੇ ਪਿਤਾ ਜੀ ਵਿਧਾਇਕ ਰਹੇ ਤੇ ਦੋ ਵਾਰ ਸੁਖਪਾਲ ਸਿੰਘ ਨੰਨੂ ਆਪ ਵਿਧਾਇਕ ਰਹੇ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਆਉਂਦੇ ਸਮੇਂ ਦੇ ਵਿੱਚ ਮੈਂ ਚੰਗੀ ਰਾਜਨੀਤੀ ਦੇ ਵਿੱਚ ਯੋਗਦਾਨ ਪਾਉਂਗਾ ਪੰਜਾਬ ਦੇ ਵਡੇਰੇ ਹਿੱਤਾਂ ਦੇ ਵਿੱਚ ਬਣਦਾ ਸਰਦਾ ਯੋਗਦਾਨ ਪਾਉਣਾ ਮੇਰਾ ਪਹਿਲਪ ਲੱਕੜਾ ਫਰਜ਼ ਹੋਊਗਾ ਖਬਰਾਂ ਦੋਸਤੋ ਕਈ ਹੋਰ ਵੀ ਸਨ ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਕੱਲ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਆਗਾ ਦੇਓ ਬਹੁਤ ਬਹੁਤ ਮਿਹਰਬਾਨੀ